ਅੱਜ ਮੈਂ ਬਣਾਉਣ ਜਾ ਰਹੀ ਹਾਂ ਘੀਏ ਦਾ ਇੰਨਾ ਸਵਾਦੀ ਹਲਵਾ ਕਿ ਜੇਕਰ ਤੁਸੀਂ ਇੱਕ ਵਾਰੀ ਖਾ ਲਿਆ ਨਾ ਤਾਂ ਖਾਂਦੇ ਹੀ ਜਾਓਗੇ। ਇਹ ਹਲਵਾ ਇੰਨਾ ਸਵਾਦੀ ਹੁੰਦਾ ਹੈ ਕਿ ਤੁਹਾਡੇ ਮੂੰਹੋਂ ਨਹੀਂ ਲੱਥੂਗਾ। ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਅਤੇ ਆਓ ਹੁਣੇ ਮਿੱਠੇ ਮਿੱਠੇ ਅਤੇ ਟੇਸਟੀ ਟੇਸਟੀ ਹਲਵੇ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਇਹ ਹਲਵੇ ਨੂੰ ਬਣਾਉਣ ਵਾਸਤੇ ਮੈਂ ਇੱਥੇ ਲਿਆ ਹੈ 1 ਕਿਲੋ ਇੱਕਦਮ ਤਾਜ਼ਾ ਕੂਲਾ ਕੂਲਾ ਅਤੇ ਹਰਾ ਹਰਾ ਘੀਆ। ਅਤੇ ਸਭ ਤੋਂ ਪਹਿਲਾਂ ਨਾ ਆਪਾਂ ਘੀਏ ਨੂੰ ਛਿੱਲ ਲਵਾਂਗੇ, ਚੰਗੀ ਤਰ੍ਹਾਂ ਛਿੱਲਾਂਗੇ, ਸਾਰਾ ਹੀ ਘੀਆ ਨਾ ਇਸੇ ਤਰ੍ਹਾਂ ਛਿੱਲ ਕੇ ਰੱਖ ਲਵਾਂਗੇ। ਅਤੇ ਘੀਏ ਨੂੰ ਨਾ ਮੈਂ ਛਿੱਲਣ ਤੋਂ ਪਹਿਲਾਂ ਵੀ ਧੋਤਾ ਹੈ ਅਤੇ ਹੁਣ ਛਿੱਲਣ ਤੋਂ ਬਾਅਦ ਵੀ ਧੋਵਾਂਗੇ। ਕੀ ਹੈ ਕਿ ਛਿੱਲਣ ਤੋਂ ਬਾਅਦ ਨਾ ਹੱਥਾਂ ਨੂੰ ਥੋੜ੍ਹਾ ਚਿਪਚਿਪ ਜਿਹਾ ਲੱਗਦਾ ਹੈ, ਧੋ ਲਵਾਂਗੇ ਅਤੇ ਸਾਫ਼ ਹੋ ਜਾਏਗਾ ਅਤੇ ਨਾਲੇ ਕੱਦੂਕਸ ਵੀ ਵਧੀਆ ਹੋ ਜਾਏਗਾ, ਨਹੀਂ ਤਾਂ ਹੱਥਾਂ 'ਚੋਂ ਫਿਸਲਦਾ ਰਹਿੰਦਾ ਹੈ। ਅਤੇ ਹੁਣ ਆਪਾਂ ਕਰਾਂਗੇ ਇਹਨੂੰ ਕੱਦੂਕਸ। ਅਤੇ ਜਿਹੜੇ ਕੜਾਹੀ ਵਿੱਚ ਹਲਵਾ ਬਣਾਉਣਾ ਹੈ ਨਾ ਮੈਂ ਉਹਦੇ ਵਿੱਚ ਹੀ ਇਹਨੂੰ ਕੱਦੂਕਸ ਕਰ ਰਹੀ ਹਾਂ। ਤੁਸੀਂ ਚਾਹੋ ਤਾਂ ਵੱਖਰੇ ਭਾਂਡੇ 'ਚ ਕਰਕੇ ਫਿਰ ਕੜਾਹੀ ਵਿੱਚ ਵੀ ਪਾ ਸਕਦੇ ਹੋ। ਅਤੇ ਕੱਦੂਕਸ ਆਪਾਂ ਇੱਥੇ ਨੋਰਮਲ ਵਾਲਾ ਲੈਣਾ ਹੈ, ਨਾ ਤਾਂ ਜ਼ਿਆਦਾ ਮੋਟਾ ਹੋਵੇ ਅਤੇ ਨਾ ਹੀ ਜ਼ਿਆਦਾ ਬਰੀਕ ਵਾਲਾ। ਅਤੇ ਨਾਲੇ ਘੀਆ ਜਿਹੜਾ ਮੈਂ ਛੋਟੇ ਛੋਟੇ ਲਏ ਨੇ ਨਾ ਅੱਜ, ਉਹ ਇਸ ਕਰਕੇ ਲਏ ਨੇ ਕਿ ਇਹ ਕੂਲੇ ਰਹਿੰਦੇ ਨੇ, ਇਹਨਾਂ ਦੇ ਅੰਦਰ ਬੀਜ ਜਿਹੜੇ ਹੁੰਦੇ ਨੇ ਘੱਟ ਹੁੰਦੇ ਨੇ, ਅਤੇ ਜੇ ਹੁੰਦੇ ਵੀ ਨੇ ਨਾ ਤਾਂ ਉਹ ਬਿਲਕੁਲ ਸੌਫਟ ਹੁੰਦੇ ਨੇ। ਅਤੇ ਜੇਕਰ ਘੀਆ ਮੋਟਾ ਹੋਵੇ ਤਾਂ ਉਹਦੇ ਬੀਜ ਅੰਦਰੋਂ ਪੱਕੇ ਹੋਏ ਹੁੰਦੇ ਨੇ, ਅਤੇ ਇਸ ਕਰਕੇ ਉਹਦਾ ਪੋਰਸ਼ਨ ਨਾ ਇਹ ਵਾਲਾ ਹੀ ਕਰਨਾ ਹੈ ਕੱਦੂਕਸ, ਹਰਾ ਵਾਲਾ, ਅੰਦਰੋਂ ਇਹ ਚਿੱਟਾ ਵਾਲਾ ਨਹੀਂ ਕਰਨਾ। ਅਤੇ ਘੀਏ ਨੂੰ ਕੱਦੂਕਸ ਕਰਨ ਤੋਂ ਬਾਅਦ ਨਾ ਕੜਾਹੀ ਨੂੰ ਗੈਸ 'ਤੇ ਚੜ੍ਹਾ ਦੇਵਾਂਗੇ ਅਤੇ ਇਹਨੂੰ ਇਸ ਤਰ੍ਹਾਂ ਹੀ ਬਿਨਾਂ ਘਿਓ ਪਾਏ ਹੋਏ ਸੁੱਕਾ ਹੀ ਇਹਨੂੰ ਥੋੜ੍ਹੀ ਥੋੜ੍ਹੀ ਦੇਰ ਨੂੰ ਚਲਾਉਂਦੇ ਹੋਏ ਆਪਾਂ ਇਹਨੂੰ ਥੋੜ੍ਹਾ ਜਿਹਾ ਭੁੰਨਾਂਗੇ ਤਾਂ ਕਿ ਇਹਦਾ ਜਿਹੜਾ ਪਾਣੀ ਹੈ ਉਹ ਸੁੱਕ ਜਾਵੇ। ਅਤੇ ਇੱਥੇ ਮੈਂ ਘੀਏ ਨੂੰ ਨਾ ਗੈਸ ਦੀ ਫੁੱਲ ਫਲੇਮ 'ਤੇ ਬਿਨਾਂ ਘਿਓ ਪਾਏ ਹੋਏ 10 ਮਿੰਟ ਤੱਕ ਇਸ ਤਰ੍ਹਾਂ ਹੀ ਭੁੰਨ ਲਿਆ। ਅਤੇ 10 ਮਿੰਟ ਜਿਹੜਾ ਮੈਂ ਭੁੰਨਿਆ ਨਾ ਇਹਦੇ ਵਿੱਚ ਘੀਏ ਦਾ ਪਾਣੀ ਸੁੱਕ ਗਿਆ ਅਤੇ ਜਿਹੜਾ ਘੀਆ ਹੈ ਨਾ ਇਹ ਵੀ 50% ਤੱਕ ਪੱਕ ਗਿਆ, ਯਾਨੀ ਕਿ ਕਾਫੀ ਹੱਦ ਤੱਕ ਇਹ ਗਲ ਵੀ ਚੁੱਕਿਆ। ਅਤੇ ਜਿਹੜਾ ਆਪਾਂ 10-15 ਮਿੰਟ ਪਕਾਇਆ ਹੈ ਨਾ ਇਹਨੂੰ 10 ਮਿੰਟ ਇਹ ਜ਼ਰੂਰ ਪਕਾਉਣਾ ਹੈ, ਕਿਉਂਕਿ ਇਹਦਾ ਪਾਣੀ ਸੁਕਾਉਣਾ ਹੀ ਜ਼ਰੂਰੀ ਹੈ। ਜੇ ਆਪਾਂ ਪਾਣੀ ਸੁਕਾ ਕੇ ਫਿਰ ਇਹਦੇ ਵਿੱਚ ਦੁੱਧ ਪਾਵਾਂਗੇ ਨਾ ਤਾਂ ਦੁੱਧ ਨਹੀਂ ਫਟਦਾ। ਕਈ ਵਾਰੀ ਇੱਦਾਂ ਹੋ ਜਾਂਦਾ ਹੈ ਕਿ ਪਾਣੀ ਸੁਕਾਏ ਬਿਨਾਂ ਦੁੱਧ ਪਾ ਦਈਏ ਅਤੇ ਦੁੱਧ ਫਟ ਸਕਦਾ ਹੈ। ਅਤੇ ਨਾਲੇ ਨਾ ਇੱਕ ਗੱਲ ਹੋਰ ਕਿ ਇਹ ਘੀਏ ਨੂੰ ਨਾ ਕੱਦੂਕਸ ਕਰਨ ਤੋਂ ਪਹਿਲਾਂ ਜਾਂ ਕਰਕੇ ਇਹਨੂੰ ਥੋੜ੍ਹਾ ਜਿਹਾ ਟੇਸਟ ਕਰ ਲਵੋ ਕਿ ਘੀਆ ਕੌਲਾ ਤਾਂ ਨਹੀਂ ਹੈ। ਕਈ ਵਾਰੀ ਕੌਲਾ ਹੁੰਦਾ ਹੈ, ਕਈ ਵਾਰੀ ਖੱਟਾ ਜਿਹਾ ਹੁੰਦਾ ਹੈ, ਅਤੇ ਜੇਕਰ ਕੌਲਾ ਨਹੀਂ ਹੈ ਨਾ ਤਾਂ ਹਲਵਾ ਬਣਾਓ, ਨਹੀਂ ਤਾਂ ਐਵੇਂ ਤੁਹਾਡੀ ਮਿਹਨਤ ਵੇਸਟ ਜਾਏਗੀ। ਕੋਈ ਕੋਈ ਕੀੜੇ ਹੁੰਦੇ ਨੇ ਜਿਹੜੇ ਕਿ ਕੌਲੇ ਨਿਕਲਦੇ ਨੇ, ਸਾਰੇ ਨਹੀਂ, ਔਰ ਬਹੁਤ ਪੁਰਾਣਾ ਹੋ ਜਾਏ ਨਾ ਪਿਆ ਪਿਆ ਘੀਆ ਤਾਂ ਕੌਲੇਪਨ 'ਤੇ ਆ ਜਾਂਦਾ, ਤਾਜ਼ੇ ਘੀਏ ਬਿਲਕੁਲ ਕੌੜੇ ਨਹੀਂ ਹੁੰਦੇ। ਵੈਸੇ ਵੀ ਟੇਸਟ ਕਰਕੇ ਹੀ ਇਹਨੂੰ ਬਣਾਓ। ਅਤੇ ਜਦੋਂ ਘੀਏ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ 1 ਕਿਲੋ ਮਲਾਈ ਵਾਲਾ ਦੁੱਧ। ਦੁੱਧ ਹੈ ਉਬਲਿਆ ਹੋਇਆ ਹੈ ਅਤੇ ਮੇਰਾ ਉਹੀ ਕਹਿਣ ਦਾ ਮਤਲਬ ਹੈ ਕਿ ਉਬਲ ਜਾਏਗਾ ਤਾਂ ਹੀ ਮਲਾਈ ਆਏਗੀ, ਕੱਚਾ ਦੁੱਧ ਆਪਾਂ ਇਹਦੇ ਵਿੱਚ ਨਹੀਂ ਪਾਉਣਾ। 1 ਕਿਲੋ ਦੁੱਧ ਦੀ ਮਲਾਈ ਤੋਂ ਇਲਾਵਾ ਮੈਂ 2-3 ਚਮਚ ਮਲਾਈ ਇਹਦੇ ਵਿੱਚ ਹੋਰ ਪਾਈ ਹੈ, ਅਤੇ ਦੁੱਧ ਵੀ ਮੈਂ ਤਾਂ ਜ਼ਿਆਦਾ ਪਾਇਆ ਔਰ ਮਲਾਈ ਵੀ ਤਾਂ ਪਾਈ ਹੈ ਜ਼ਿਆਦਾ ਕਿ ਮੈਂ ਅੱਜ ਇਹਦੇ ਵਿੱਚ ਖੋਆ ਨਹੀਂ ਪਾਉਣਾ। ਅਤੇ ਖੋਏ ਤੋਂ ਬਿਨਾਂ ਹੀ ਘਰ ਦੇ ਸਮਾਨ ਤੋਂ ਹੀ ਆਪਾਂ ਅੱਜ ਹਲਵਾ ਬਣਾ ਕੇ ਤਿਆਰ ਕਰਾਂਗੇ, ਬਹੁਤ ਹੀ ਵਧੀਆ ਬਣਦਾ ਹੈ। ਇਸੇ ਕਰਕੇ ਇਹਨੂੰ ਭੁੰਨਣ ਲੱਗਿਆ ਮੈਂ ਘਿਓ ਨਹੀਂ ਪਾਇਆ। ਆਪਾਂ ਇਹਨੂੰ ਘਿਓ ਵਿੱਚ ਵੀ ਭੁੰਨ ਸਕਦੇ ਹਾਂ ਸ਼ੁਰੂ ਵਿੱਚ, ਪਰ ਮੈਂ ਮਲਾਈ ਪਾਣੀ ਸੀ ਨਾ ਇਸ ਕਰਕੇ ਮੈਂ ਇਹਦੇ ਵਿੱਚ ਘਿਓ ਨਹੀਂ ਪਾਇਆ, ਅਤੇ ਬਾਅਦ ਵਿੱਚ ਥੋੜ੍ਹਾ ਜਿਹਾ ਘਿਓ ਪੈਣਾ ਹੈ। ਅਤੇ ਹੁਣ ਆਪਾਂ ਕੀ ਕਰਨਾ, ਗੈਸ ਦੀ ਫੁੱਲ ਫਲੇਮ 'ਤੇ ਇਹਨੂੰ 1 ਉਬਾਲਾ ਆਉਣ ਦਾ ਪਹਿਲਾਂ ਇੰਤਜ਼ਾਰ ਕਰਾਂਗੇ, ਫਿਰ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਘੱਟ ਕਰ ਦਾਂਗੇ। ਅਤੇ ਹੁਣ ਵੇਖੋ ਜੀ ਇੱਥੇ ਦੁੱਧ 'ਚ ਉਬਾਲਾ ਆ ਚੁੱਕਿਆ ਨਾ, ਅਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਾਂਗੇ ਮੀਡੀਅਮ ਟੂ ਲੋ, ਅਤੇ ਮੀਡੀਅਮ ਟੂ ਲੋ ਫਲੇਮ 'ਤੇ ਹੀ ਆਪਾਂ ਇਹਨੂੰ ਰਿੱਝਣ ਦੇਵਾਂਗੇ। ਅਤੇ ਇਹ ਕੜ ਕੜ ਕੇ ਨਾ ਇਹਦਾ ਦੁੱਧ ਦਾ ਖੋਇਆ ਬਣ ਜਾਏਗਾ ਬਹੁਤ ਹੀ ਵਧੀਆ, ਔਰ ਇਹ ਬਹੁਤ ਵਧੀਆ ਹਲਵਾ ਤਿਆਰ ਹੋ ਜਾਏਗਾ, ਕਿਉਂਕਿ ਦੁੱਧ ਦੇ ਵਿੱਚ ਹੀ ਇਹ ਜਿਹੜਾ ਘੀਆ ਹੈ ਰਿੱਝਦਾ ਜਾਏਗਾ, ਪੱਕਦਾ ਜਾਏਗਾ, ਔਰ ਖੋਇਆ ਬਣਦਾ ਜਾਏਗਾ ਔਰ ਹਲਵਾ ਤਿਆਰ ਹੋ ਜਾਏਗਾ। ਇਹਨੂੰ ਰਿੱਝਣ ਦੇਵਾਂਗੇ ਪਰ ਵਿੱਚ ਵਿੱਚ ਚਲਾਉਣਾ ਜ਼ਰੂਰ ਹੈ। ਅਤੇ ਇੱਥੇ ਦੁੱਧ ਜਿਹੜਾ ਨਾ ਅਸੀਂ ਗਾਂ ਦਾ ਲੈਂਦੇ ਹਾਂ ਇਸ ਕਰਕੇ ਉਹ ਪਾਇਆ, ਤੁਸੀਂ ਕੋਈ ਵੀ ਪੈਕਟ ਵਾਲਾ ਜਾਂ ਕੋਈ ਵੀ ਦੁੱਧ ਲੈ ਸਕਦੇ ਹੋ। ਅਤੇ ਜੇਕਰ ਮਲਾਈ ਨਹੀਂ ਪਾਣੀ ਜਾਂ ਮਲਾਈ ਨਹੀਂ ਹੈਗੀ
ਤਾਂ ਦੁੱਧ ਘੱਟ ਪਾ ਕੇ ਨਾ, ਮਤਲਬ ਥੋੜ੍ਹਾ ਦੁੱਧ ਪਾ ਕੇ ਪਹਿਲਾਂ ਇਹਨਾਂ ਨੂੰ ਘੀਏ ਨੂੰ ਰਿਝਾ ਲਵੋ, ਪਕਾ ਲਵੋ, ਅਤੇ ਫਿਰ ਬਾਅਦ ਵਿੱਚ ਇਹਦੇ ਵਿੱਚ ਖੋਇਆ ਪਾ ਲਵੋ, ਤਾਂ ਵੀ ਵਧੀਆ ਬਣ ਜਾਂਦਾ ਹੈ। ਪਰ ਮੈਂ ਅੱਜ ਦੁੱਧ ਦਾ ਹੀ ਖੋਇਆ ਬਣਾ ਕੇ ਹਲਵਾ ਬਣਾ ਰਹੀ ਹਾਂ। ਦੁੱਧ ਪਾਉਣ ਤੋਂ ਬਾਅਦ ਮੀਡੀਅਮ ਟੂ ਲੋ ਫਲੇਮ 'ਤੇ ਇਹਨੂੰ ਪੱਕਦੇ ਹੋਏ 20 ਮਿੰਟ ਹੋ ਚੁੱਕੇ ਨੇ, ਔਰ ਤੁਸੀਂ ਦੇਖ ਵੀ ਸਕਦੇ ਹੋ ਕਿ ਦੁੱਧ ਜਿਹੜਾ ਇੱਕਦਮ ਕੜ ਕੇ ਕਾਫੀ ਘੱਟ ਹੋ ਗਿਆ ਹੈ ਨਾ, ਅਤੇ ਜਿਹੜਾ ਘੀਆ ਹੈ ਉਹ ਵੀ ਦੁੱਧ ਦੇ ਵਿੱਚ ਪੱਕ ਗਿਆ, ਅਤੇ ਪੱਕ ਕੇ ਇੱਕਦਮ ਨਰਮ ਹੋ ਗਿਆ। ਅਤੇ ਪਹਿਲਾਂ ਜਦੋਂ ਦੁੱਧ ਜ਼ਿਆਦਾ ਸੀ ਨਾ, ਉਦੋਂ ਤਾਂ ਇਹਨੂੰ ਆਪਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਚਲਾ ਲਵਾਂਗੇ ਤਾਂ ਠੀਕ ਹੈ, ਚੱਲ ਜਾਂਦਾ ਹੈ। ਲੇਕਿਨ ਹੁਣ ਇਹ ਜਦੋਂ ਗਾੜਾ ਹੋ ਗਿਆ ਨਾ, ਤਾਂ ਇਸ ਸਟੇਜ 'ਤੇ ਆਪਾਂ ਇਹਨੂੰ ਛੇਤੀ ਛੇਤੀ ਚਲਾਉਣਾ, ਤਾਂ ਕਿ ਇਹ ਕੜਾਈ ਦੇ ਵਿੱਚ ਥੱਲੇ ਨਾ ਲੱਗ ਜਾਵੇ। ਅਤੇ ਹੁਣ ਇੱਥੇ ਵੇਖੋ ਜੀ, ਜਿਹੜਾ ਬਾਕੀ ਦਾ ਦੁੱਧ ਸੀ ਨਾ, ਉਹ ਵੀ ਸੁੱਕ ਗਿਆ, ਯਾਨੀ ਕਿ ਸਾਰਾ ਦੁੱਧ ਘੀਏ ਨੇ ਐਬਜ਼ੋਰਬ ਕਰ ਲਿਆ, ਕੜ ਕੜ ਕੇ ਇੱਕਦਮ ਖੋਇਆ ਬਣ ਗਿਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜ੍ਹੇ ਜਿਹੇ ਡਰਾਈ ਫਰੂਟਸ, ਅਤੇ ਹੁਣ ਗੈਸ ਦੀ ਫਲੇਮ ਨੂੰ ਨਾ ਸਿਮ ਕਰ ਲਵਾਂਗੇ, ਅਤੇ ਬਾਕੀ ਦੇ ਹਲਵੇ ਨੂੰ ਨਾ ਹੁਣ ਆਪਾਂ ਸਿਮ ਫਲੇਮ 'ਤੇ ਹੀ ਪਕਾਉਣਾ ਹੈ। ਹੁਣ ਇਹਦੇ ਵਿੱਚ ਪਾਵਾਂਗੇ ਆਪਣੀ ਮਨਪਸੰਦ ਦੇ ਡਰਾਈ ਫਰੂਟਸ। ਮੈਂ ਥੋੜ੍ਹੇ ਜਿਹੇ ਛਿੱਲੇ 'ਤੇ ਕੱਟੇ ਹੋਏ ਬਦਾਮ ਲਏ ਨੇ, ਥੋੜ੍ਹੀ ਜਿਹੀ ਕਿਸ਼ਮਿਸ਼, ਥੋੜ੍ਹੇ ਜਿਹੇ ਬਰੀਕ ਕੱਟੇ ਹੋਏ ਅਖਰੋਟ ਅਤੇ ਕੱਟੇ ਹੋਏ ਪਿਸਤੇ। ਅਤੇ ਡਰਾਈ ਫਰੂਟਸ ਦੀ ਕੁਆਂਟਿਟੀ ਔਰ ਡਰਾਈ ਫਰੂਟਸ ਕਿਹੜਾ ਕਿਹੜਾ ਲੈਣਾ, ਤੁਸੀਂ ਆਪਣੀ ਪਸੰਦ ਦਾ ਇਹਦੇ ਵਿੱਚ ਪਾ ਸਕਦੇ ਹੋ। ਚਿਰੌਂਜੀ ਵੀ ਇਹਦੇ ਵਿੱਚ ਬਹੁਤ ਹੀ ਅੱਛੀ ਲੱਗਦੀ ਹੈ। ਅਤੇ ਨਾਲ ਹੀ ਪਾਵਾਂਗੇ ਇੱਕ ਚਮਚ ਭਰ ਕੇ ਇਲਾਇਚੀ ਪਾਊਡਰ, ਯਾਨੀ ਕਿ ਪੀਸੀ ਹੋਈ ਹਰੀ ਇਲਾਇਚੀ। ਇਲਾਇਚੀ ਦਾ ਫਲੇਵਰ ਇਹਦੇ ਵਿੱਚ ਬਹੁਤ ਅੱਛਾ ਆਉਂਦਾ, ਇਹਦੇ ਵਿੱਚ ਇਲਾਇਚੀ ਜ਼ਰੂਰ ਪਾਇਓ। ਅਤੇ ਹੁਣ ਹਲਵਾ ਕਿੱਦਾਂ ਬਣੇਗਾ ਜਦੋਂ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ? ਅਤੇ ਮਿੱਠੇ ਵਿੱਚ ਮੈਂ ਚੀਨੀ ਦੀ ਜਗ੍ਹਾ ਪਾ ਰਹੀ ਹਾਂ ਇਹ ਧਾਗੇ ਵਾਲੀ ਮਿਸ਼ਰੀ, ਇਹਨੂੰ ਮੈਂ ਪੀਸ ਲਿਆ, ਗ੍ਰਾਇੰਡ ਕਰ ਲਿਆ। ਅਤੇ ਹੁਣ ਇਹ ਅੱਧਾ ਕੱਪ ਹੈ ਜਿਹੜੀ ਮੈਂ ਇਹਦੇ ਵਿੱਚ ਪਾ ਰਹੀ ਹਾਂ, ਵੈਸੇ ਇਹਦੇ ਵਿੱਚ ਨਾ ਪੌਣਾ ਕੱਪ ਪੈਣੀ ਹੈ, ਪਰ ਮੈਂ ਇਹਦੇ ਵਿੱਚ ਇੱਕ ਮਿੱਠੀ ਚੀਜ਼ ਹੋਰ ਪਾਣੀ ਹੈ, ਇਸ ਕਰਕੇ ਮੈਂ ਹਜੇ ਅੱਧਾ ਕੱਪ ਹੀ ਪਾਇਆ। ਅਤੇ ਨਾਲੇ ਮਿੱਠਾ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਇਹਦੇ ਵਿੱਚ ਪਾ ਸਕਦੇ ਹੋ, ਪਰ ਇਹ ਜਿਹੜਾ ਘੀਏ ਦਾ ਹਲਵਾ ਹੈ ਨਾ, ਇਹਦੇ ਵਿੱਚ ਮਿੱਠਾ ਪ੍ਰੋਪਰ ਹੋਵੇ ਤਾਂ ਹੀ ਇਹ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ। ਪਰ ਜਿਹੜੇ ਮਿੱਠਾ ਘੱਟ ਖਾਂਦੇ ਨੇ ਉਹ ਥੋੜ੍ਹਾ ਘੱਟ ਵੀ ਪਾ ਸਕਦੇ ਨੇ। ਅਤੇ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਅਤੇ ਇਹਦੇ ਵਿੱਚ ਹੁਣ ਆਪਾਂ ਮਿੱਠਾ ਪਾ ਦਿੱਤਾ ਹੈ ਨਾ ਮਿਸ਼ਰੀ ਦਾ, ਅਤੇ ਇਸ ਕਰਕੇ ਇਹ ਹੁਣ ਥੋੜ੍ਹਾ ਜਿਹਾ ਇਹਦੇ ਵਿੱਚੋਂ ਜਦੋਂ ਸੇਕ ਲੱਗਦਾ ਹੈ ਨਾ ਚੀਨੀ ਨੂੰ ਮਿਸ਼ਰੀ ਨੂੰ, ਉਦੋਂ ਇਹ ਥੋੜ੍ਹਾ ਜਿਹਾ ਪਾਣੀ ਛੱਡਦੀ ਹੈ ਹੈ ਨਾ ਸੇਕ ਲੱਗਣ ਤੋਂ ਬਾਅਦ। ਅਤੇ ਹੁਣ ਇਹ ਫਿਰ ਥੋੜ੍ਹਾ ਜਿਹਾ ਸੋਫਟ ਹੋ ਜਾਏਗਾ, ਯਾਨੀ ਕਿ ਇਹਦੇ ਵਿੱਚ ਮੋਇਸਚਰ ਆ ਜਾਏਗਾ, ਅਤੇ ਇਸ ਮੋਇਸਚਰ ਨੂੰ ਵੀ ਹੁਣ ਆਪਾਂ ਸੁਕਾਉਣਾ ਹੈ, ਪਰ ਗੈਸ ਦੀ ਸਿਮ ਫਲੇਮ 'ਤੇ ਹੀ ਸੁਕਾਉਣਾ ਹੈ ਚਲਾਉਂਦੇ ਹੋਏ, ਬਹੁਤ ਦੇਰ ਇਹਨੂੰ ਛੱਡਣਾ ਨਹੀਂ ਹੈ। ਅਤੇ ਮੈਂ ਇਹਦੇ ਵਿੱਚ ਨਾ ਜਿਹੜੀ ਧਾਗਾ ਮਿਸ਼ਰੀ ਹੁੰਦੀ ਹੈ ਨਾ, ਇਹ ਵਾਲੀ ਯੂਜ਼ ਕੀਤੀ ਹੈ ਗ੍ਰਾਇੰਡ ਕਰਕੇ, ਅਤੇ ਤੁਸੀਂ ਚੀਨੀ ਵੀ ਪਾ ਸਕਦੇ ਹੋ ਆਪਣੀ ਪਸੰਦ ਨਾਲ, ਇੱਕ ਬਰਾਊਨ ਵਾਲੀ ਚੀਨੀ ਆਉਂਦੀ ਉਹ ਵੀ ਪਾ ਸਕਦੇ ਹੋ। ਮਿਸ਼ਰੀ ਜਿਹੜੀ ਹੈ ਨਾ ਉਹ ਚੀਨੀ ਨਾਲੋਂ ਥੋੜ੍ਹੀ ਜਿਹੀ ਹੈਲਦੀ ਹੁੰਦੀ ਹੈ, ਅਤੇ ਇਸ ਕਰਕੇ ਮੈਂ ਮਿਸ਼ਰੀ ਦੀ ਵਰਤੋਂ ਕੀਤੀ ਹੈ। 5 ਕੁ ਮਿੰਟ ਪਕਾਉਣ ਤੋਂ ਬਾਅਦ ਨਾ ਆ ਮਿੱਠੇ ਦਾ ਪਾਣੀ ਸੀ ਨਾ ਜਿਹੜਾ, ਉਹ ਵੀ ਤਕਰੀਬਨ ਸੁੱਕ ਚੁੱਕਿਆ ਹੈ, ਬਹੁਤ ਥੋੜ੍ਹਾ ਜਿਹਾ ਰਹਿ ਗਿਆ, ਥੋੜ੍ਹਾ ਜਿਹਾ ਹੋਰ ਰਿੰਨਾਂਗੇ ਤਾਂ ਉਹ ਵੀ ਸੁੱਕ ਜਾਏਗਾ। ਜੇਕਰ ਤੁਸੀਂ ਘੀਏ ਦਾ ਹਲਵਾ ਘਰ ਵਿੱਚ ਬਣਾਉਣਾ ਹੈ ਰੂਟੀਨ ਵਿੱਚ, ਤਾਂ ਇਸ ਤਰ੍ਹਾਂ ਹੀ ਬਣਾ ਲਵੋ ਹੈ ਨਾ। ਜੇ ਗੈਸਟ ਦੇ ਆਇਆ, ਮਤਲਬ ਕਿ ਜਦੋਂ ਘਰ 'ਚ ਪਰਾਹੁਣੇ ਆਉਂਦੇ ਨੇ ਜਾਂ ਕੋਈ ਫੰਕਸ਼ਨ ਹੁੰਦਾ, ਉਦੋਂ ਬਣਾਉਣਾ ਹੈ ਨਾ, ਅਤੇ ਤੁਸੀਂ ਇਹਦੇ ਵਿੱਚ ਮਿਲਕ ਮੇਡ ਐਡ ਕਰੋ, ਜਿਹਨੂੰ ਆਪਾਂ ਕੰਡੈਂਸ ਮਿਲਕ ਕਹਿੰਦੇ ਹਾਂ। ਅਤੇ 1/4 ਕੱਪ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਮਿਲਕ ਮੇਡ ਦਾ, ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਹੋ ਜਾਂਦਾ ਹੈ, ਘੀਏ ਦਾ ਹਲਵਾ ਬਹੁਤ ਸਵਾਦ ਲੱਗਦਾ, ਰਿਚ ਟੇਸਟ ਬਣਦਾ। ਅਤੇ ਇਹਨੂੰ ਹੁਣ ਆਪਾਂ ਕਰ ਦੇਵਾਂਗੇ ਚੰਗੀ ਤਰ੍ਹਾਂ ਮਿਕਸ, ਅਤੇ ਮਿਕਸ ਕਰਨ ਤੋਂ ਬਾਅਦ ਨਾ ਇਹਨੂੰ ਬਸ 2-3 ਮਿੰਟ ਹੋਰ ਪਕਾਵਾਂਗੇ, ਇਸ ਤੋਂ ਜ਼ਿਆਦਾ ਨਹੀਂ। ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਇਹਦੇ ਵਿੱਚ, ਕੰਡੈਂਸ ਮਿਲਕ ਦੇ ਨਾਲ ਮੈਂ ਇਹਨੂੰ 2 ਕੁ ਮਿੰਟ ਹੋਰ ਪਕਾ ਲਿਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ 2 ਚਮਚ ਘਿਓ, ਅਤੇ ਘਿਓ ਬਿਲਕੁਲ ਲਾਸਟ ਵਿੱਚ ਪਾਉਣਾ ਜਦੋਂ ਆਪਣਾ ਹਲਵਾ ਬਿਲਕੁਲ ਤਿਆਰ ਹੋ ਜਾਏਗਾ। ਅਤੇ ਘਿਓ ਦੇ ਨਾਲ ਇਹਦੇ ਉੱਤੇ ਬਹੁਤ ਹੀ ਵਧੀਆ ਸ਼ਾਈਨਿੰਗ ਆਏਗੀ, ਨਾਲੇ ਸਵਾਦ ਵੀ ਵਧੀਆ ਬਣੇਗਾ ਹਲਵੇ ਦਾ। ਅਤੇ ਇਹਨੂੰ ਹੁਣ ਘਿਓ ਪਾ ਕੇ ਨਾ ਬਸ ਆਪਾਂ ਸਿਰਫ 1.5-2 ਮਿੰਟ ਬਸ ਇਹਨੂੰ ਹੋਰ ਭੁੰਨਣਾ ਹੈ ਘਿਓ ਦੇ ਵਿੱਚ। ਅਤੇ ਤੁਸੀਂ ਦੇਖਿਓ ਘਿਓ ਪਾਉਣ ਤੋਂ ਬਾਅਦ ਅਤੇ ਮਿੱਠਾ ਪਾਉਣ ਤੋਂ ਬਾਅਦ ਹਲਵੇ ਦੀ ਰੰਗਤ ਹੀ ਬਦਲ ਜਾਏਗੀ, ਬਹੁਤ ਹੀ ਵਧੀਆ ਹੋ ਜਾਏਗੀ। ਅਤੇ ਲਓ ਜੀ, ਘਿਓ ਦੇ ਵਿੱਚ ਵੀ ਮੈਂ ਇਹਨੂੰ 2 ਮਿੰਟ ਭੁੰਨ ਲਿਆ,
ਤੇ ਹੁਣ ਸਾਡਾ ਹਲਵਾ ਹੋ ਗਿਆ ਇੱਕਦਮ ਤਿਆਰ, ਤੇ ਇੱਥੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ, ਤੇ ਇਹ ਬਹੁਤ ਹੀ ਵਧੀਆ ਘਰ ਦਾ ਬਣਿਆ ਹੋਇਆ ਮਿੱਠਾ ਮਿੱਠਾ ਘੀਏ ਦਾ ਹਲਵਾ ਬਣ ਕੇ ਤਿਆਰ ਹੈ। ਇਹਦੇ 'ਚ ਮਿਹਨਤ ਜ਼ਰੂਰ ਲੱਗਦੀ ਹੈ ਥੋੜ੍ਹੀ ਜਿਹੀ, ਪਰ ਇਹਦਾ ਰਿਜ਼ਲਟ ਬੜਿਆ ਵਧੀਆ ਆਉਂਦਾ ਹੈ। ਜਿਹਨੂੰ ਵੀ ਤੁਸੀਂ ਖਵਾਓਗੇ ਤੁਹਾਡੀ ਵਾਹ ਵਾਹ ਜ਼ਰੂਰ ਕਰਨਗੇ। ਅਤੇ ਤੁਸੀਂ ਇਸ ਹਲਵੇ ਨੂੰ ਜ਼ਰੂਰ ਬਣਾਇਓ, ਅਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਇਹ ਰੈਸਿਪੀ ਕਿੱਦਾਂ ਦੀ ਲੱਗੀ। ਇਹ ਹਲਵਾ ਗਰਮ ਗਰਮ ਤਾਂ ਸਵਾਦ ਲੱਗਦਾ ਹੀ ਹੈ, ਪਰ ਜੇਕਰ ਇਹਨੂੰ ਠੰਡਾ ਕਰਕੇ ਖਾਓ ਨਾ ਤਾਂ ਵੀ ਇਹ ਬਹੁਤ ਹੀ ਸਵਾਦ ਲੱਗਦਾ ਹੈ। ਅਤੇ ਬਿਨਾਂ ਫੂਡ ਕਲਰ ਤੋਂ ਇਹ ਬਹੁਤ ਹੀ ਵਧੀਆ ਹਲਵਾ ਬਣ ਕੇ ਤਿਆਰ ਹੋਇਆ ਹੈ। ਇਸ ਹਲਵੇ ਨੂੰ ਗਰਮ ਗਰਮ ਖਾਓ ਅਤੇ ਭਾਵੇਂ ਠੰਡਾ ਖਾਓ, ਦੋਨੋਂ ਤਰ੍ਹਾਂ ਹੀ ਬਹੁਤ ਸਵਾਦ ਲੱਗਦਾ ਹੈ। ਅਤੇ ਜੇਕਰ ਇਹਨੂੰ ਫਰਿੱਜ 'ਚ ਰੱਖ ਕੇ ਠੰਡਾ ਕਰਕੇ ਖਾਓ ਨਾ ਫਿਰ ਤਾਂ ਬਹੁਤ ਹੀ ਸਵਾਦ ਲੱਗਦਾ ਹੈ। ਇਹਨੂੰ ਬਣਾ ਕੇ ਤੁਸੀਂ ਹਫ਼ਤੇ ਵਾਸਤੇ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ।